ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ 'ਤੇ। ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਹੈ 18 ਜੂਨ 2024। ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 18 ਜੂਨ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ। ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ। ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ, ਉਹ ਟੈਲੀਗ੍ਰਾਮ ਚੈਨਲ 'ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ। ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਹਾਲ ਹੀ ਵਿੱਚ ਕਿਸ ਰਾਜ ਦੀ ਪੁਲਿਸ ਨੇ ਮਿਸ਼ਨ ਨਿਸ਼ਚੇ ਸ਼ੁਰੂ ਕੀਤਾ ਹੈ? ਹਾਂਜੀ, ਰੀਸੈਂਟਲੀ ਪੰਜਾਬ ਪੁਲਿਸ ਨੇ ਮਿਸ਼ਨ ਨਿਸ਼ਚੇ ਸ਼ੁਰੂ ਕੀਤਾ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਦੇਖੋ, ਪੰਜਾਬ ਪਾਕਿਸਤਾਨ ਨਾਲ 550 ਕਿਲੋਮੀਟਰ ਦਾ ਬਾਰਡਰ ਸ਼ੇਅਰ ਕਰਦਾ। ਇੱਥੋਂ ਡਰੱਗ ਦੀ ਸਪਲਾਈ ਹੁੰਦੀ ਆ, ਨਸ਼ੀਲੇ ਪਦਾਰਥਾਂ ਦੀ ਸਪਲਾਈ ਹੁੰਦੀ ਆ, ਅਤੇ ਕੁਝ ਏਰੀਆ ਇੱਦਾਂ ਦੇ ਆ ਜਿੱਥੇ ਬਹੁਤ ਜ਼ਿਆਦਾ ਸਪਲਾਈ ਹੁੰਦੀ ਆ, ਤਾਂ ਉੱਥੇ ਪੰਜਾਬ ਪੁਲਿਸ, BSF ਅਤੇ ਸਥਾਨਕ ਕਮੇਟੀਆਂ ਨੇ ਮਿਲ ਕੇ ਮਿਸ਼ਨ ਨਿਸ਼ਚੇ ਸ਼ੁਰੂ ਕੀਤਾ ਤਾਂ ਜੋ ਇਸਦਾ ਸੋਲਿਊਸ਼ਨ ਕੀਤਾ ਜਾ ਸਕੇ। ਤਾਂ ਆਪਸ਼ਨ B ਇਜ਼ ਦਾ ਰਾਈਟ ਆਨਸਰ, ਪੰਜਾਬ। ਹੁਣ ਪੰਜਾਬ ਦੀ ਗੱਲ ਕਰ ਰਹੇ ਹਾਂ, ਪੰਜਾਬ ਦੀ ਇਹ ਹੱਦ ਲੱਗਦੀ ਹੈ ਜੀ ਪਾਕਿਸਤਾਨ ਨਾਲ, ਠੀਕ ਹੈ। ਪੰਜਾਬ ਦੀ ਇੰਨੀ ਹੱਦ ਆ, ਜਿਸ ਦੀ ਲੰਬਾਈ ਕਿੰਨੀ ਆ? 550। ਕਈ ਵਾਰੀ ਪੇਪਰ 'ਚ ਪੁੱਛ ਵੀ ਲਿਆ ਜਾਂਦਾ ਕਿ ਕਿੰਨੀ ਬਾਉਂਡਰੀ ਆ ਜਿਹੜੀ, ਜਾਂ ਕਿੰਨੀ ਹੱਦ ਆ ਜਿਹੜੀ ਪੰਜਾਬ ਸ਼ੇਅਰ ਕਰਦਾ ਪਾਕਿਸਤਾਨ ਦੇ ਨਾਲ, ਠੀਕ ਹੈ। ਅਤੇ ਪੰਜਾਬ ਦੀ ਕੈਪੀਟਲ ਕੀ ਹੈ? ਚੰਡੀਗੜ੍ਹ। ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਕੈਪੀਟਲ ਆ। ਇੱਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ, ਗਵਰਨਰ ਆ ਬਨਵਾਰੀ ਲਾਲ ਪੁਰੋਹਿਤ। ਪੰਜਾਬ ਇਸ ਤਰ੍ਹਾਂ ਦਾ ਰਾਜ ਹੈ ਜਿਸ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂ ਗਾ, ਪਰ 13 ਵਾਈਲਡਲਾਈਫ ਸੈਂਚੁਰੀਜ਼ ਆ। ਪੰਜਾਬ ਦੇ ਵਿੱਚ ਤਿੰਨ ਦਰਿਆ ਵਗਦੇ ਆ, ਸਤਲੁਜ ਦਰਿਆ, ਰਾਵੀ, ਬਿਆਸ। ਪੰਜਾਬ ਵਿੱਚ 13 ਵਾਈਲਡਲਾਈਫ ਸੈਂਚੁਰੀਜ਼ ਆ, ਠੀਕ ਹੈ। ਪੰਜਾਬ ਦੀ ਹੱਦ ਇੱਕ ਹੀ ਦੇਸ਼ ਨੂੰ ਲੱਗਦੀ ਹੈ, ਉਹ ਹੈ ਪਾਕਿਸਤਾਨ ਨੂੰ। ਪੰਜਾਬ ਦੀ ਹੱਦ 3 ਰਾਜਾਂ ਨੂੰ ਲੱਗਦੀ ਹੈ। ਕਿਹੜੇ 3 ਰਾਜ ਆ? ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ। ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੱਗਦੀ ਹੈ, ਚੰਡੀਗੜ੍ਹ ਅਤੇ ਜੰਮੂ ਕਸ਼ਮੀਰ। ਅਬੋਹਰ ਵਾਈਲਡਲਾਈਫ ਸੈਂਚੁਰੀ ਪੰਜਾਬ ਦੇ ਵਿੱਚ ਆ, ਜਿਹੜੀ ਕਿ ਕਾਲੀ ਹਿਰਨ ਲਈ ਮਸ਼ਹੂਰ ਆ। ਇਸ ਦੀ ਦੇਖ ਰੇਖ ਵਿਸਨੋਈ ਪਰਿਵਾਰ ਕਰ ਰਿਹਾ। ਇੱਥੋਂ ਦੇ ਫੇਮਸ ਲੋਕ ਨਾਚ ਆ ਭੰਗੜਾ, ਝੂਮਰ, ਲੁੱਡੀ, ਯੁੱਲੀ, ਡੱਕਲਾ ਅਤੇ ਧੂਮਲ। ਇਹ ਮਰਦ ਲੋਕ ਨਾਚ ਹੈ। ਇਸਤਰੀ ਲੋਕ ਨਾਚ ਆ ਸੰਮੀ, ਜਾਗੋ, ਗਿੱਧਾ, ਕਿੱਕਲੀ। ਪੰਜਾਬ ਦੇ ਉੱਤਰ ਪੂਰਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਨੇ, ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ। ਪੰਜਾਬ ਦਾ ਰਾਜ ਪਸ਼ੂ ਆ ਕਾਲਾ ਹਿਰਣ, ਰਾਜ ਪੰਛੀ ਆ ਬਾਜ਼, ਰਾਜ ਦਰਖਤ ਆ ਟਾਲੀ, ਰਾਜ ਜਲ ਜੀਵ ਆ ਸਿੰਧ ਨਦੀ ਦੀ ਡੋਲਫਿਨ, ਰਾਜ ਫੁੱਲ ਆ ਗਲੇਡੀਅਲਸ, ਰਾਜ ਭਾਸ਼ਾ ਪੰਜਾਬੀ, ਰਾਜ ਭੰਗੜਾ ਵਾ, ਰਾਜ ਨਾਚ ਆ ਭੰਗੜਾ, ਠੀਕ ਹੈ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਸ਼ੁਭਮਨ ਗਿੱਲ ਅਤੇ ਤਰਸੇਮ ਜੱਸੜ ਲੋਕ ਸਭਾ ਚੋਣਾਂ ਲਈ ਪੰਜਾਬ ਦੇ ਸਟੇਟ ਆਈਕਨ ਬਣੇ। ਸਾਰੇ ਐਕਸੀਡੈਂਟ ਹੌਟਸਪੌਟ ਦਾ ਨਕਸ਼ਾ ਬਣਾਉਣ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ। ਪੰਜਾਬ ਦੇ ਮੁੱਖ ਮੰਤਰੀ ਨੇ ਡੋਰ ਸਟੈਪ ਸਰਵਿਸ ਸਕੀਮ ਸ਼ੁਰੂ ਕੀਤੀ। ਪੰਜਾਬ ਦੇ ਮੁੱਖ ਮੰਤਰੀ ਨੂੰ ਸਰਟੀਫਿਕੇਟ ਆਫ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਮਿਸ਼ਨ ਹੋਪ ਇਨੀਸ਼ੀਏਟਿਵ ਸ਼ੁਰੂ ਕੀਤਾ। ਨੈਕਸਟ ਹੈ, ਹਾਲ ਹੀ ਵਿੱਚ ਮਾਲਾਵਾਰ ਰਿਵਰ ਫੈਸਟੀਵਲ ਕਿੱਥੇ ਆਯੋਜਿਤ ਕੀਤਾ ਜਾਵੇਗਾ? ਹਾਂਜੀ, ਮਾਲਾਵਾਰ ਰਿਵਰ ਫੈਸਟੀਵਲ ਆਯੋਜਿਤ ਕੀਤਾ ਜਾਵੇਗਾ ਕੋਝੀਕੋਡ ਦੇ ਵਿੱਚ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਨੈਕਸਟ ਹੈ,
ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫੋਰ ਦੀ ਆਰਟਸ ਨੇ ਹਾਲ ਹੀ ਵਿੱਚ ਭਾਰਤੀ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕਿਸ ਨਾਲ ਸਮਝੌਤਾ ਕੀਤਾ? ਹਾਂਜੀ, ਇੰਦਰਾ ਗਾਂਧੀ ਸੈਂਟਰ ਫੋਰ ਆਰਟਸ, ਇਸ ਨੇ ਭਾਰਤੀ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸੰਸਦ ਟੀਵੀ ਦੇ ਨਾਲ ਸਮਝੌਤਾ ਕੀਤਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੰਸਦ ਟੀਵੀ ਦੇ ਨਾਲ ਸਮਝੌਤਾ ਕੀਤਾ। ਦੇਖੋ, ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦੇ ਜਿੰਨੇ ਵੀ ਪ੍ਰੋਗਰਾਮ ਆ ਉਹਨਾਂ ਨੂੰ ਸੰਸਦ ਟੀਵੀ 'ਤੇ ਦਿਖਾਇਆ ਜਾਵੇਗਾ ਇਸ ਸਮਝੌਤੇ ਦੇ ਤਹਿਤ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹਾਂਜੀ, ਨੈਕਸਟ ਹੈ, ਹਾਲ ਹੀ ਵਿੱਚ ਪੂਰਵ ਯੋਗਾ ਪ੍ਰੋਗਰਾਮ ਕਿੱਥੇ ਆਯੋਜਿਤ ਕੀਤਾ ਗਿਆ? ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਣਾ ਅਤੇ ਯੋਗੇ ਦੀਆਂ ਜਿਹੜੀਆਂ ਤਿਆਰੀਆਂ ਵਾ, ਯੋਗਾ ਮਨੁੱਖੀ ਸਿਹਤ ਲਈ ਕਿੰਨਾ ਲਾਹੇਮੰਦ ਆ, ਫਾਇਦੇਮੰਦ ਆ, ਠੀਕ ਹੈ, ਅਤੇ ਉਹਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ। ਅਤੇ ਜਿਵੇਂ ਕਿ ਤੁਹਾਨੂੰ ਪਤਾ, ਹਰੇਕ ਸਾਲ ਬੜੇ ਵਧੀਆ ਢੰਗ ਨਾਲ ਲੋਕਾਂ ਨੂੰ ਜਾਗਰੂਕ ਕਰਕੇ ਇਸ ਦਿਨ ਨੂੰ ਮਨਾਇਆ ਜਾਂਦਾ। ਪਿਛਲੀ ਵਾਰੀ ਵੀ ਜਲੰਧਰ ਦੇ ਵਿੱਚ ਭਗਵੰਤ ਸਿੰਘ ਮਾਨ ਨੇ ਮਤਲਬ ਯੋਗਾ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਸੀਗਾ। ਅਤੇ ਉਸ ਤੋਂ ਬਾਅਦ ਨਰਿੰਦਰ ਮੋਦੀ ਜੀ ਵੀ ਕਾਫੀ ਕੁਛ ਕਰ ਰਹੇ ਆ, ਪਿਛਲੀ ਵਾਰੀ ਵੀ ਕੀਤਾ ਇੰਨੇ ਸਾਲਾਂ ਦੇ ਵਿੱਚ ਉਹਨਾਂ ਨੇ ਯੋਗ ਦਿਵਸ 'ਤੇ, ਅਤੇ ਹੁਣ ਵੀ ਮਤਲਬ ਜਿਹੜੀਆਂ ਤਿਆਰੀਆਂ ਨੇ ਉਹ ਸਟਾਰਟ ਹੋ ਗਈਆਂ ਨੇ। ਅਤੇ ਪੂਰਵ ਯੋਗਾ ਪ੍ਰੋਗਰਾਮ ਕਿੱਥੇ ਆਯੋਜਿਤ ਕੀਤਾ ਗਿਆ ਵਾ? ਇਹ ਬੰਗਲਾਦੇਸ਼ ਦੀ ਕੈਪੀਟਲ ਢਾਕਾ ਦੇ ਵਿੱਚ ਆਯੋਜਿਤ ਕੀਤਾ ਗਿਆ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਹਾਲ ਹੀ ਵਿੱਚ ਹੈਮਿਸ ਤਸੇ ਚੂ ਤਿਉਹਾਰ ਕਿੱਥੇ ਸ਼ੁਰੂ ਹੋਇਆ? ਪਹਿਲਾਂ ਤੁਸੀਂ ਹੈਮਿਸ ਸੁਣੋ, ਹੈਮਿਸ ਸੁਣ ਕੇ ਤੁਹਾਨੂੰ ਕੁਝ ਯਾਦ ਆਇਆ। ਹੈਮਿਸ ਹਾਈ ਐਲਟੀਟਿਊਡ ਨੈਸ਼ਨਲ ਪਾਰਕ ਆ, ਜਿਹੜਾ ਕਿ ਭਾਰਤ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ ਆ, ਅਤੇ ਇਹ ਲੱਦਾਖ ਦੇ ਵਿੱਚ ਆ। ਠੀਕ ਹੈ, ਤਾਂ ਹੈਮਿਸ ਤਸੇ ਚੂ ਤਿਉਹਾਰ ਆ ਜਿਹੜਾ, ਇਹ ਲੱਦਾਖ ਦੇ ਵਿੱਚ ਮਨਾਇਆ ਗਿਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਲੱਦਾਖ ਦੀ ਕੈਪੀਟਲ ਆ ਲੇਹ, ਲਿਊਟੀਨੇਟ ਗਵਰਨਰ ਆ ਬੀ ਡੀ ਮਿਸਰਾ। ਲੱਦਾਖ ਦੇ ਵਿੱਚ ਹੈਮਿਸ ਹਾਈ ਐਲਟੀਟਿਊਡ ਨੈਸ਼ਨਲ ਪਾਰਕ ਆ, ਜਿਹੜਾ ਕਿ ਭਾਰਤ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ ਆ, ਅਤੇ ਕਿ ਤੁਸੀਂ ਧਿਆਨ ਦੇ ਵਿੱਚ ਰੱਖਣਾ। ਲੱਦਾਖ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਆ, ਅਤੇ ਲੱਦਾਖ ਦੇ ਵਿੱਚ ਦਿਨ ਭਰ ਚੱਲਣ ਵਾਲਾ ਦੋਸਮੋਚੇ ਉਤਸਵ ਸ਼ੁਰੂ ਹੋਇਆ। ਗੀਤਿਕਾ ਕੋਲ ਸਿਆਚਿਨ ਵਿੱਚ ਤਾਇਨਾਤ ਭਾਰਤੀ ਫੌਜ ਦੀ ਪਹਿਲੀ ਮਹਿਲਾ ਮੈਡੀਸਨ ਅਫਸਰ ਬਣੀ। ਲੱਦਾਖ ਵਿੱਚ ਦੁਨੀਆ ਦਾ ਪਹਿਲਾ ਉੱਚਾ ਫਾਈਟਰ ਏਅਰਫੀਲਡ ਬਣਾਇਆ ਜਾਵੇਗਾ। ਲੱਦਾਖ ਦੇ ਸਮੁੰਦਰੀ ਬਕਥੋਰਨ ਫਲ ਨੂੰ GI ਟੈਗ ਮਿਲਿਆ। ਨੈਕਸਟ ਹੈ, ਕਿਹੜੇ ਦੇਸ਼ ਨੇ ਹਾਲ ਹੀ ਵਿੱਚ F-16 ਜਹਾਜ਼, ਲੜਾਕੂ ਜਹਾਜ਼ ਖਰੀਦਣ ਲਈ ਅਮੈਰੀਕਾ ਨਾਲ ਸਮਝੌਤਾ ਕੀਤਾ? ਹਾਂਜੀ, F-16 ਲੜਾਕੂ ਜਹਾਜ਼ ਖਰੀਦਣ ਲਈ ਅਮੈਰੀਕਾ ਨਾਲ ਸਮਝੌਤਾ ਕੀਤਾ ਤੁਰਕੀਏ ਨੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਦੇਖੋ, ਪਹਿਲਾਂ ਦਾ ਨਾਮ ਹੁੰਦਾ ਸੀ ਤੁਰਕੀ, ਹੁਣ ਇਹਦਾ ਨਾਮ ਰੱਖ ਦਿੱਤਾ ਤੁਰਕੀਏ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਤੇ ਇਸਦੀ ਕੈਪੀਟਲ ਆ ਅੰਕਾਰਾ, ਕਰੰਸੀ ਆ ਟਰਕਿਸ ਲੀਰਾ, ਪ੍ਰਾਈਮ ਮਿਨਿਸਟਰ ਆ ਰਿਸ਼ਵ ਤੈਯਬ। ਨੈਕਸਟ ਹੈ, ਪ੍ਰੀ ਪੇਡ ਵਾਲਿਟ ਪ੍ਰੋਗਰਾਮ ਕਾਰੋਬਾਰ ਸ਼ੁਰੂ ਕਰਨ ਲਈ ਹਾਲ ਹੀ ਵਿੱਚ ਕਿਸ ਨੂੰ RBI ਤੋਂ ਮਨਜ਼ੂਰੀ ਮਿਲੀ? ਪ੍ਰੀ ਪੇਡ ਵਾਲਿਟ ਕਾਰੋਬਾਰ ਸ਼ੁਰੂ ਕਰਨ ਲਈ RBI ਤੋਂ ਮਨਜ਼ੂਰੀ ਮਿਲੀ ਆ ਯੂਪੀਟਰ ਨੂੰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਹਾਲ ਹੀ ਵਿੱਚ ਮਾਸ ਖਾਣ ਵਾਲੇ ਬੈਕਟੀਰੀਆ ਕਿਸ ਦੇਸ਼ ਵਿੱਚ ਫੈਲੇ ਹਨ? ਜਿਵੇਂ ਕਰੋਨਾ ਇੱਕ ਤਰ੍ਹਾਂ ਨਾਲ ਚੀਨ ਤੋਂ ਸ਼ੁਰੂ ਹੋਇਆ ਸੀ ਅਤੇ ਬਹੁਤ ਜਲਦੀ ਨਾਲ ਫੈਲ ਰਿਹਾ ਸੀ, ਇਸੇ ਤਰ੍ਹਾਂ ਮਾਸ ਖਾਣ ਵਾਲੇ ਬੈਕਟੀਰੀਆ ਚੀਨ ਦੇ ਵਿੱਚ ਫੈਲ ਰਹੇ ਆ ਬਹੁਤ ਤੇਜ਼ੀ ਨਾਲ, ਜਿਹੜੇ ਕੀ ਹੈ ਕਿ ਮਨੁੱਖ ਦੇ ਮਾਸ ਨੂੰ ਹੀ ਖਾ ਰਹੇ ਆ। ਠੀਕ ਹੈ, ਮਨੁੱਖ ਦੀ ਜਿਹੜੀ ਸਕਿੰਨ ਆ, ਚਮੜੀ ਆ, ਇਹਨੂੰ ਖਾਈ ਜਾ ਰਹੇ ਆ, ਅਤੇ 48 ਘੰਟਿਆਂ ਦੇ ਵਿੱਚ ਮਨੁੱਖ ਦੀ ਮੌਤ ਹੋ ਜਾਂਦੀ ਆ। 24 ਘੰਟੇ ਦੇ ਵਿੱਚ ਤਾਂ ਉਹਦੀ ਸਾਰੀ ਚਮੜੀ ਖਾ ਜਾਂਦੇ ਆ ਇਹ, ਅਤੇ ਜਪਾਨ ਦੇ ਵਿੱਚ ਫੈਲ ਚੁੱਕੇ ਆ ਇਹ ਬੈਕਟੀਰੀਆ ਜਿਹੜੇ ਆ। ਜਪਾਨ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ, ਜਪਾਨ ਦੀ ਕੈਪੀਟਲ ਟੋਕੀਓ। ਕਰੰਸੀ ਆ ਜਪਾਨੀਜ਼ ਜੇਨ, ਪ੍ਰਾਈਮ ਮਿਨਿਸਟਰ ਆ ਫੂਮੀਓ ਕਿਯਾਸ਼ੀਦਾ।
ਜਾਪਾਨ 'ਚ ਕੋਰੋਨਾ ਤੋਂ ਬਾਅਦ ਹੁਣ ਇੱਕ ਨਵੀਂ ਖਤਰਨਾਕ ਬਿਮਾਰੀ ਸਾਹਮਣੇ ਆਈ ਹੈ। ਇਸ 'ਚ ਬੈਕਟੀਰੀਆ ਮਰੀਜ਼ ਦੇ ਸਰੀਰ ਦਾ ਮਾਸ ਖਾਣਾ ਸ਼ੁਰੂ ਕਰ ਦਿੰਦੇ ਆ, ਅਤੇ ਇਸ ਬਿਮਾਰੀ ਦਾ ਨਾਮ ਆ ਸਰੈਪਟੋਕੋਕਲ ਟੋਕਸਿਕ ਸ਼ੌਕ ਸਿੰਡਰੋਮ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕਿ ਜਿਹੜੀ ਬਿਮਾਰੀ ਨਿਊਜ਼ ਦੇ ਵਿੱਚ ਚੱਲ ਰਹੀ ਆ ਸਾਇੰਸ ਦੇ ਪੁਆਇੰਟ ਆਫ ਵਿਊ ਤੋਂ ਅਤੇ ਕਰੰਟ ਅਫੇਅਰ ਦੇ ਪੁਆਇੰਟ ਆਫ ਵਿਊ ਤੋਂ ਐਗਜ਼ਾਮ ਦੇ ਵਿੱਚ ਪੁੱਛ ਲਈ ਜਾਂਦੀ ਹੈ ਕਿ ਕਿਹੜੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਫੈਲੀ। ਜਿਵੇਂ ਤੁਹਾਨੂੰ ਪਤਾ, ਕਰੋਨਾ ਦੇ ਵੀ ਹੁਣ ਤੱਕ MCQ ਆਉਂਦੇ ਐਗਜ਼ਾਮ 'ਚ। ਠੀਕ ਹੈ, ਤਾਂ ਰਿਪੋਰਟ ਮੁਤਾਬਿਕ ਇਸ ਬਿਮਾਰੀ ਕਾਰਨ ਮਰੀਜ਼ ਦੀ ਮੌਤ 48 ਘੰਟਿਆਂ ਦੇ ਅੰਦਰ ਹੋ ਜਾਂਦੀ ਹੈ। ਨੈਕਸਟ ਹੈ ਜੀ, ਹਾਲ ਹੀ ਵਿੱਚ ਅੰਤਰਰਾਸ਼ਟਰੀ ਪਰਿਵਾਰਕ ਰਿਮਟੈਂਸ ਦਿਵਸ ਕਦੋਂ ਮਨਾਇਆ ਗਿਆ? ਹਾਂਜੀ, ਅੰਤਰਰਾਸ਼ਟਰੀ ਪਰਿਵਾਰਕ ਰਿਮਟੈਂਸ ਦਿਵਸ ਮਨਾਇਆ ਗਿਆ 16 ਜੂਨ ਨੂੰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਇੰਡੀਆ ਵਿੱਚੋਂ ਕੁਝ ਲੋਕ ਬਾਹਰ ਜਾ ਕੇ ਦੂਜੀ ਕੰਟਰੀ ਦੇ ਵਿੱਚ ਜੋਬ ਕਰਦੇ ਆ ਅਤੇ ਉੱਥੋਂ ਜੋ ਪੈਸੇ ਕਮਾਉਂਦੇ ਆ ਉਹਨੂੰ ਇੰਡੀਆ ਵਿੱਚ ਭੇਜਦੇ ਆ, ਅਤੇ ਉਹ ਜਦੋਂ ਜਿਹੜੀ ਕਰੰਸੀ ਉੱਧਰਲੀ ਕਰੰਸੀ ਕਮਾ ਕੇ ਇੱਧਰਲੀ ਕਰੰਸੀ ਦੇ ਵਿੱਚ ਜਦੋਂ ਤਬਦੀਲ ਹੁੰਦੀ ਆ, ਤਾਂ ਆਪਣੇ ਦੇਸ਼ ਨੂੰ, ਆਪਣੇ ਦੇਸ਼ ਦੇ ਲੋਕਾਂ ਨੂੰ ਉਹਦਾ ਫਾਇਦਾ ਹੁੰਦਾ। ਤਾਂ ਇਹਨਾਂ ਲੋਕਾਂ ਦੇ ਯੋਗਦਾਨ ਨੂੰ ਚਿੰਨਿਤ ਕਰਨ ਦੇ ਲਈ ਹਰੇਕ ਸਾਲ ਅੰਤਰਰਾਸ਼ਟਰੀ ਪਰਿਵਾਰਕ ਰੇਮਿਟੈਂਸ ਦਿਵਸ 16 ਜੂਨ ਨੂੰ ਮਨਾਇਆ ਜਾਂਦਾ। ਹੁਣ ਜੂਨ ਦੇ ਇੰਪੋਰਟੈਂਟ ਡੇ ਦੀ ਗੱਲ ਆ, ਤਾਂ 1 ਜੂਨ ਨੂੰ ਵਿਸ਼ਵ ਦੁੱਧ ਦਿਵਸ ਮਨਾਇਆ ਗਿਆ, 2 ਜੂਨ ਨੂੰ ਤੇਲੰਗਾਨਾ ਸਥਾਪਨਾ ਦਿਵਸ ਮਨਾਇਆ ਗਿਆ, 3 ਜੂਨ ਨੂੰ ਵਿਸ਼ਵ ਸਾਈਕਲ ਦਿਵਸ ਮਨਾਇਆ ਗਿਆ, 4 ਜੂਨ ਨੂੰ ਹਮਲੇ ਦੇ ਸ਼ਿਕਾਰ ਮਾਸੂਮ ਬੱਚਿਆਂ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ, 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ, 6 ਜੂਨ ਨੂੰ ਸੰਯੁਕਤ ਰਾਸ਼ਟਰ ਰੂਸੀ ਭਾਸ਼ਾ ਦਿਵਸ ਮਨਾਇਆ ਗਿਆ, 7 ਜੂਨ ਨੂੰ ਵਿਸ਼ਵ ਭੋਜਨ ਸੁਰੱਖਿਆ ਦਿਵਸ ਮਨਾਇਆ ਗਿਆ, 8 ਜੂਨ ਨੂੰ ਵਿਸ਼ਵ ਸਮੁੰਦਰ ਦਿਵਸ ਮਨਾਇਆ ਗਿਆ, 9 ਜੂਨ ਨੂੰ ਵਿਸ਼ਵ ਮਾਨਤਾ ਦਿਵਸ ਅਤੇ ਅੰਤਰਰਾਸ਼ਟਰੀ ਪੁਰਾਲੇਖ ਦਿਵਸ ਮਨਾਇਆ ਗਿਆ, 11 ਜੂਨ ਨੂੰ ਅੰਤਰਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ, 12 ਜੂਨ ਨੂੰ ਬਾਲ ਮਜ਼ਦੂਰੀ ਵਿਰੋਧ ਵਿਸ਼ਵ ਦਿਵਸ ਮਨਾਇਆ ਗਿਆ, 13 ਜੂਨ ਨੂੰ ਅੰਤਰਰਾਸ਼ਟਰੀ ਅਲਬਨਿਜ਼ਮ ਜਾਗਰੂਕਤਾ ਦਿਵਸ ਮਨਾਇਆ ਗਿਆ, 14 ਜੂਨ ਨੂੰ ਵਿਸ਼ਵ ਖੂਨਦਾਨੀ ਦਿਵਸ ਮਨਾਇਆ ਗਿਆ, 15 ਜੂਨ ਨੂੰ ਵਿਸ਼ਵ ਬਜ਼ੁਰਗ ਦੁਰਵਿਵਹਾਰ ਦਿਵਸ ਮਨਾਇਆ ਗਿਆ। ਨੈਕਸਟ ਹੈ, ਡੈਡੀਕੇਟਿਡ ਫਰੈਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਿਡ ਦੇ ਅਗਲੇ MD ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ? ਹਾਂਜੀ, ਡੈਡੀਕੇਟਿਡ ਫਰਾਈਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਿਡ ਦੇ MD ਵਜੋਂ ਅਪੁਆਇੰਟ ਹੋਏ ਆ ਪ੍ਰਵੀਨ ਕੁਮਾਰ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ, ਤਾਂ ਕੱਲ੍ਹ ਹੀ ਮੈਂ ਤੁਹਾਨੂੰ ਕਰਵਾਇਆ ਜੇ ਸ਼ਿਆਮਲਾ ਰਾਓ ਨੂੰ ਤਿਰੂਮਾਲਾ ਤਿਰੂਪਤੀ ਦੇਵਸਥਾਨ ਦਾ ਨਵਾਂ ਕਾਰਜਕਾਰੀ ਚੁਣਿਆ ਗਿਆ। ਡਾਕਟਰ ਕਪਿਲ ਦੁਆ AAHRS ਦੇ ਪ੍ਰਧਾਨ ਬਣੇ। ਉਪਿੰਦਰ ਦ੍ਰਿਵੇਦੀ ਨੂੰ ਨਵਾਂ ਸੈਨਾ ਮੁਖੀ ਚੁਣਿਆ ਗਿਆ, ਥਲ ਸੈਨਾ ਮੁਖੀ। ਇੰਦਰਪਾਲ ਸਿੰਘ ਬਿੰਦਰਾ ਨੂੰ CCI ਦਾ ਸਕੱਤਰ ਚੁਣਿਆ ਗਿਆ। ਰਾਜਪ੍ਰਿਆ ਸ਼ਰਮਾ ਨੂੰ ਪੇਂਡੂ ਵਿਕਾਸ ਵਿਭਾਗ ਦਾ ਡਾਇਰੈਕਟਰ ਚੁਣਿਆ ਗਿਆ। ਰਾਕੇਸ਼ ਰੰਜਨ ਨੂੰ ਸਟਾਫ ਸਿਲੈਕਸ਼ਨ ਕਮਿਸ਼ਨ ਦਾ ਚੇਅਰਮੈਨ ਚੁਣਿਆ ਗਿਆ। ਪ੍ਰਦੀਪ ਕੁਮਾਰ ਤ੍ਰਿਪਾਠੀ ਨੂੰ ਲੋਕਪਾਲ ਦਾ ਸਕੱਤਰ ਨਿਯੁਕਤ ਕੀਤਾ ਗਿਆ। ਪੀ ਸੰਤੋਸ਼ ਨੂੰ NARCL ਦਾ MD ਅਤੇ CEO ਚੁਣਿਆ ਗਿਆ। ਸੰਜੀਵ ਜੈਨ ਵਿਪਰੋ ਦੇ ਨਵੇਂ COO ਬਣੇ। ਇਦਸੀਸਾ ਨੌਗਰਾਂਗ ਨੂੰ ਮੇਘਾਲਿਆ ਦੀ ਪਹਿਲੀ ਮਹਿਲਾ ਪੁਲਿਸ ਡਾਇਰੈਕਟਰ ਜਨਰਲ ਚੁਣਿਆ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਕੁਵੈਤ ਦੀ ਅੱਗ ਵਿੱਚ ਮਾਰੇ ਗਏ ਲੋਕਾਂ ਨੂੰ ਕਿਹੜੀ ਰਾਜ ਸਰਕਾਰ 5 ਲੱਖ ਰੁਪਏ ਦੀ ਸਹਾਇਤਾ ਦੇਵੇਗੀ? ਦੇਖੋ, ਕੁਵੈਤ ਦੇ ਵਿੱਚ ਅੱਗ ਲੱਗਣ ਦੇ ਕਾਰਨ 49 ਭਾਰਤੀ ਲੋਕਾਂ ਦੀ ਮੌਤ ਹੋਈ ਹੈ, ਜਿਸ ਦੇ ਵਿੱਚੋਂ 45 ਦੀ ਡੈੱਡ ਬੋਡੀਜ਼ ਆ ਜਿਹੜੀ ਉਹ ਭਾਰਤ ਦੇ ਵਿੱਚ ਪਹੁੰਚ ਚੁੱਕੀ ਆ। ਅਤੇ ਇਹਨਾਂ ਲੋਕਾਂ ਦੇ ਪਰਿਵਾਰ ਦੀ ਵਿੱਤੀ ਸਹਾਇਤਾ ਕਰਨ ਦੇ ਲਈ ਕੇਰਲ ਗੌਰਮੈਂਟ 5 ਲੱਖ ਰੁਪਏ ਦੀ ਰਾਸ਼ੀ ਦੇਵੇਗੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਹੁਣ ਕੇਰਲ ਦੀ ਸਰਕਾਰ ਦੇਵੇਗੀ। ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੇਰਲ, ਕੇਰਲ ਦੀ ਕੈਪੀਟਲ ਆ ਤ੍ਰਿਵਨੰਤਪੁਰਮ। ਚੀਫ ਮਿਨਿਸਟਰ ਆ ਪਿਨਰਈ ਵਿਜ਼ੀਅਨ, ਗਵਰਨਰ ਆ ਆਰਿਫ ਮੁਹੰਮਦ ਖਾਨ।
ਕੇਰਲ ਦੇ ਵਿੱਚ ਅਨਾਈਮੁਦੀ 16 ਨੈਸ਼ਨਲ ਪਾਰਕ ਆ, ਮਾਥੀਕੇਤਨ 16 ਨੈਸ਼ਨਲ ਪਾਰਕ ਆ, ਪਬਡਮ 16 ਨੈਸ਼ਨਲ ਪਾਰਕ ਆ, ਸਾਇਲੈਂਟ ਵੈਲੀ ਨੈਸ਼ਨਲ ਪਾਰਕ ਆ, ਐਰਵੀਕੁਲਮ ਨੈਸ਼ਨਲ ਪਾਰਕ ਆ, ਪੈਰੀਆਰ ਵਾਈਲਡ ਲਾਈਫ ਸੈਂਚੁਰੀ ਆ। ਨੈਕਸਟ ਹੈ, ਹਾਲ ਹੀ ਵਿੱਚ ਕਿਸ ਰਾਜ ਸਰਕਾਰ ਨੇ ਦੁਕਾਨਾਂ ਅਤੇ ਵਪਾਰਕ ਅੰਧਾਰੇ 24 ਘੰਟੇ ਖੁੱਲ੍ਹੇ ਰੱਖਣ ਦੀ ਇਜਾਜ਼ਤ ਦਿੱਤੀ ਹੈ? ਹਾਂਜੀ, ਦੁਕਾਨਾਂ ਅਤੇ ਵਪਾਰਕ ਅਧਾਰੇ 24 ਘੰਟੇ ਖੁੱਲ੍ਹੇ ਰੱਖਣ ਦੀ ਇਜਾਜ਼ਤ ਮੱਧ ਪ੍ਰਦੇਸ਼ ਦੀ ਗੌਰਮੈਂਟ ਨੇ ਦਿੱਤੀ ਹੈ ਤਾਂ ਜੋ ਰੁਜ਼ਗਾਰ ਨੂੰ ਵੀ ਵਧਾਵਾ ਦਿੱਤਾ ਜਾ ਸਕੇ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਮੱਧ ਪ੍ਰਦੇਸ਼ ਹੁਣੇ ਮਤਲਬ ਪਰਮਿਸ਼ਨ ਮੱਧ ਪ੍ਰਦੇਸ਼ ਨੇ ਦਿੱਤੀ ਹੈ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮੱਧ ਪ੍ਰਦੇਸ਼। ਮੱਧ ਪ੍ਰਦੇਸ਼ ਦੀ ਕੈਪੀਟਲ ਕੀ ਆ? ਭੋਪਾਲ। ਇੱਥੋਂ ਦੇ ਚੀਫ ਮਿਨਿਸਟਰ ਆ ਡਾਕਟਰ ਮੋਹਨ ਯਾਦਵ, ਗਵਰਨਰ ਆ ਮੰਗੂ ਭਾਈ ਸ਼ਗਨ ਭਾਈ ਪਟੇਲ। ਮੱਧ ਪ੍ਰਦੇਸ਼ ਦੇ ਵਿੱਚ ਕੋਨੂ ਨੈਸ਼ਨਲ ਪਾਰਕ ਆ, ਸੰਜੇ ਨੈਸ਼ਨਲ ਪਾਰਕ ਆ, ਮਾਧਵ ਨੈਸ਼ਨਲ ਪਾਰਕ ਆ, ਮੰਡਲਾ ਪਲਾਂਟ ਫਾਂਸਿਲ ਨੈਸ਼ਨਲ ਪਾਰਕ ਆ, ਕਾਨਾ ਨੈਸ਼ਨਲ ਪਾਰਕ ਆ, ਬੰਧਵਗੜ੍ਹ ਨੈਸ਼ਨਲ ਪਾਰਕ ਆ, ਬਨ ਬਿਹਾਰ ਨੈਸ਼ਨਲ ਪਾਰਕ ਆ, ਰੁਦਰ ਸਾਗਰ ਝੀਲ ਨੈਸ਼ਨਲ ਪਾਰਕ ਆ, ਪੈਂਚ ਨੈਸ਼ਨਲ ਪਾਰਕ ਆ, ਸਤਪੁਰਾ ਨੈਸ਼ਨਲ ਪਾਰਕ ਆ, ਪੰਨਾ ਨੈਸ਼ਨਲ ਪਾਰਕ ਆ। ਗੇਲ ਮੱਧ ਪ੍ਰਦੇਸ਼ ਵਿੱਚ ਭਾਰਤ ਦਾ ਸਭ ਤੋਂ ਵੱਡਾ KTA ਈਥੇਨ ਕਰੇਕਰ ਪ੍ਰੋਜੈਕਟ ਸਥਾਪਿਤ ਕਰੇਗਾ। ਭੋਪਾਲ ਚਿੜੀਆਘਰ ਵਿੱਚ ਭਾਰਤ ਦੇ ਸਭ ਤੋਂ ਪੁਰਾਣੇ ਰਿਸ਼ ਬਬਲੂ ਦੀ ਡੈਥ ਹੋਈ ਆ। ਮੱਧ ਪ੍ਰਦੇਸ਼ ਵਿੱਚ ਦੇਸ਼ ਦੀ ਪਹਿਲੀ ਸਿਹਤਮੰਦ ਅਤੇ ਸਾਫ਼ ਸੁਥਰੀ ਫੂਡ ਸਟਰੀਟ ਪ੍ਰਸ਼ਾਦਮ ਦਾ ਉਦਘਾਟਨ ਕੀਤਾ ਗਿਆ। ਮੱਧ ਪ੍ਰਦੇਸ਼ ਮੰਤਰੀ ਮੰਡਲ ਨੇ ਰਾਣੀ ਦੁਰਗਾਵਤੀ ਅੰਨਾ ਪ੍ਰੋਤਸਾਹਨ ਯੋਜਨਾ ਨੂੰ ਮਨਜ਼ੂਰੀ ਦਿੱਤੀ। ਨੈਕਸਟ ਹੈ, ਹਾਲ ਹੀ ਵਿੱਚ ਕਲਾਊਡ ਸੈਕਟਰ ਦੀ ਦਿਗਜ ਕੰਪਨੀ ਓਰੇਕਲ ਕਲਾਊਡ ਕਿਸ ਦੇਸ਼ ਵਿੱਚ 2 ਲੱਖ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਵਿੱਚ ਮਦਦ ਕਰੇਗੀ? ਹਾਂਜੀ, ਓਰੇਕਲ ਕਲਾਊਡ ਇਹ ਭਾਰਤ ਦੇ ਵਿੱਚ 2 ਲੱਖ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਵਿੱਚ ਮਦਦ ਕਰੇਗੀ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਹੁਣ ਭਾਰਤ ਦੀ ਗੱਲ ਆ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭਾਰਤ। ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ, ਕਰੰਸੀ ਆ ਇੰਡੀਅਨ ਰੁਪਏ, ਪ੍ਰੈਜ਼ੀਡੈਂਟ ਆ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ। ਪੂਰੀ ਦੁਨੀਆ ਵਿੱਚ ਦਾਲਾਂ ਦੇ ਉਤਪਾਦਨ ਦੇ ਵਿੱਚ ਟੌਪ 'ਤੇ ਆ ਭਾਰਤ, ਜਨਸੰਖਿਆ ਦੇ ਪੱਖੋਂ ਵੀ ਟੌਪ 'ਤੇ ਆ ਭਾਰਤ, ਅਰਥ ਵਿਵਸਥਾ ਦੇ ਮਾਮਲੇ ਦੇ ਵਿੱਚ 5ਵੇਂ ਨੰਬਰ 'ਤੇ ਆ, ਖੇਤਰਫਲ ਵਿੱਚ 7ਵਾਂ ਸਥਾਨ ਆ ਭਾਰਤ ਦਾ, ਦੁੱਧ ਉਤਪਾਦਨ ਦੇ ਵਿੱਚ 1ਲੇ ਨੰਬਰ 'ਤੇ ਆ। ਦੁੱਧ ਉਤਪਾਦਨ ਸੁਣ ਕੇ ਤੁਸੀਂ ਦੁੱਧ ਦਿਵਸ ਯਾਦ ਰੱਖਣਾ, 1 ਜੂਨ ਨੂੰ ਮਨਾਇਆ ਜਾਂਦਾ, ਠੀਕ ਹੈ। ਅਤੇ ਭਾਰਤ ਨਾਲ 7 ਦੇਸ਼ਾਂ ਦੀ ਹੱਦ ਲੱਗਦੀ ਆ, ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਚੀਨ, ਬਰਮਾ, ਬੰਗਲਾਦੇਸ਼, ਭੂਟਾਨ। ਭਾਰਤ ਦੇ ਮੱਧ ਵਿੱਚੋਂ ਕਰਖ ਰੇਖਾ ਲੰਘਦੀ ਆ, ਸੋ ਇਹ ਤੁਸੀਂ ਧਿਆਨ 'ਚ ਰੱਖਣਾ ਭਾਰਤ ਬਾਰੇ। ਭਾਰਤ ਦੀ ਕਰੰਟ ਅਫੇਅਰ ਦੀ ਗੱਲ ਕਰੀਏ, ਭਾਰਤ ਅਤੇ UAE ਨੇ ਸਥਾਨਕ ਮੁਦਰਾ ਨਿਪਟਾਰਾ ਪ੍ਰਣਾਲੀ ਦੀ ਸ਼ੁਰੂਆਤ ਕੀਤੀ। ਭਾਰਤ ਹਾਕੀ ਪੁਰਸ਼ ਯੂਨੀਅਰ ਵਿਸ਼ਵ ਕੱਪ 2024-25 ਦੀ ਮੇਜ਼ਬਾਨੀ ਕਰੇਗਾ। ਭਾਰਤ ਪਹਿਲੀ ਵਾਰ ਕੋਲੰਬੋ ਪ੍ਰਕਿਰਿਆ ਦਾ ਚੇਅਰਪਰਸਨ ਬਣਿਆ। ਭਾਰਤ ਏਸ਼ੀਆ ਵਿੱਚ ਵਿਦੇਸ਼ੀ ਫੰਡਾਂ ਦਾ ਸਭ ਤੋਂ ਵੱਡਾ ਆਕਰਸ਼ਕ ਬਣਿਆ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਉਤਪਾਦਕ ਬਣਿਆ। ਭਾਰਤੀ ਵਿਗਿਆਨੀਆਂ ਨੇ ਕੇਲੇ ਦੇ ਛਿਲਕੇ ਤੋਂ ਇੱਕੋ ਬ੍ਰਿੰਡ ਡਰੈਸਿੰਗ ਬਣਾਈ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ। ਅੱਜ ਦੀ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।